ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਲੈ ਕੇ ਹਾਜ਼ਰ ਹਾਂ ਤੇਜ਼ ਰਫ਼ਤਾਰ ਖਬਰਾਂ ਦਾ ਸਿਲਸਿਲਾ ਯਾਨੀ ਕਿ ਸ਼ਾਰਟ ਐਂਡ ਸ਼ਾਰਪ। ਡੇਰਾਬਸੀ ਬੇਅਦਬੀ ਮਾਮਲੇ 'ਚ ਇੱਕ ਸ਼ਖਸ ਗ੍ਰਿਫਤਾਰ, ਸੁਰਜੀਤ ਸਿੰਘ ਭੋਲਾ ਨਾਮੀ ਸ਼ਖਸ ਦੀ ਗ੍ਰਿਫਤਾਰੀ, ਦੱਸਿਆ ਜਾ ਰਿਹਾ ਮਾਨਸਿਕ ਤੌਰ 'ਤੇ ਪਰੇਸ਼ਾਨ। ਪੁਲਿਸ ਦੇ ਮੁਤਾਬਕ ਭੋਲਾ ਮਾਨਸਿਕ ਤੌਰ ਤੋਂ ਪਰੇਸ਼ਾਨ ਹੈ। ਕੁਝ ਵੇਲੇ ਪਹਿਲਾਂ ਉਸ ਦੀ ਭੈਣ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗਾ। ਇਹਦੇ ਵਿੱਚ ਜਿਹੜਾ ਅਕਿਊਜ਼ਡ ਫੜ ਲਿਆ ਗਿਆ, ਜਿਹੜਾ ਸੁਰਜੀਤ ਸਿੰਘ ਏਲੀਅਸ ਭੋਲਾ, ਜਿਹੜਾ ਇਹ ਪਿੰਡ ਦਾ ਹੀ ਵਸਨੀਕ ਹੈ, ਕਰੀਬ ਉਮਰ 27 ਸਾਲ ਇਹਦੀ ਉਮਰ ਹੈ, ਇਹਨੇ ਜਿਹੜਾ ਇਹ ਕੀਤਾ, ਇਹ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਵੀ ਇਹਦਾ ਜਿਹੜਾ ਟ੍ਰੀਟਮੈਂਟ ਚੱਲਦਾ, ਜਿਹੜਾ ਧਰਮਪੁਰ ਤੋਂ ਡਿਸਟ੍ਰਿਕਟ ਸੋਲਨ ਤੋਂ, ਜਿਹੜਾ ਮੈਂਟਲੀ ਇਹਨੂੰ ਬਹੁਤ ਜ਼ਿਆਦਾ ਜਿਹੜਾ ਇਹ ਅਗਰੈਸਿਵ ਹੋ ਜਾਂਦਾ, ਹਾਈਪਰਟੈਂਸ਼ਨ ਹੋ ਕੇ, ਤਾਂ ਇਹਨੇ ਜਿਹੜਾ ਆਪਣਾ ਕਨਫੈਸ਼ਨ ਕੀਤਾ ਵੀ ਮੈਂ ਜਿਹੜੀ ਸਾਰੀ ਆਹ ਕੀਤੀ ਹੈ, ਅਤੇ ਉਹਦੇ ਮੁਤਾਬਿਕ ਜਿਹੜਾ ਉਹਦੀ ਉਹਨੂੰ ਅਰੈਸਟ ਪਾ ਲਈ। ਅਮਰੀਕਾ 'ਚ ਇੱਕ ਹੋਰ ਭਾਰਤੀ 'ਤੇ ਹਮਲਾ, ਸਿਆਟਲ ਵਿੱਚ ਇੱਕ ਸਿੱਖ ਨੂੰ ਗੋਲੀ ਮਾਰੀ ਗਈ, ਪਿਛਲੇ 10 ਦਿਨਾਂ 'ਚ ਹਮਲੇ ਦੀ ਤੀਜੀ ਵਾਰਦਾਤ। ਉਨਤਾਲੀ ਵਰਿਆਂ ਦੇ ਦੀਪ ਰਾਜ 'ਤੇ ਕੀਤਾ ਗਿਆ ਹਮਲਾ, ਨਕਾਬਪੋਸ਼ ਨੇ ਗੋਲੀ ਮਾਰ ਕੇ ਕਿਹਾ ਸਾਡੇ ਦੇਸ਼ ਤੋਂ ਨਿਕਲ ਜਾ। ਇਸ ਤੋਂ ਪਹਿਲਾਂ ਅਮਰੀਕਾ 'ਚ ਭਾਰਤੀ ਮੂਲ ਦੇ ਨਾਗਰਿਕ ਹਰਨੀਸ਼ ਪਟੇਲ ਅਤੇ ਇੰਜੀਨੀਅਰ ਸ਼੍ਰੀਨਿਵਾਸ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਮਰੀਕਾ 'ਚ ਸਿੱਖ ਨੌਜਵਾਨ 'ਤੇ ਹੋਏ ਨਸਲੀ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੀਤਾ ਟਵੀਟ, ਹਮਲੇ 'ਤੇ ਦੁੱਖ ਕੀਤਾ ਜ਼ਾਹਰ। ਵਿਦੇਸ਼ਾਂ 'ਚ ਵਾਸਤੇ ਸਿੱਖਾਂ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ, ਜਿੱਥੇ ਮਾਮਲੇ ਦੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਉੱਥੇ ਉਹਨਾਂ ਵੱਲੋਂ ਇਲਜ਼ਾਮ ਵੀ ਲਾਏ ਜਾ ਰਹੇ ਨੇ ਕਿ ਪੁਲਿਸ ਨੂੰ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਸਥਾਨਕ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ। See, Congressional caucus is taking action in regards to the situation and making sure that the recent shooting is addressed as a hate crime. The caucus has contacted local law enforcement in order to effectively prosecute any suspect involved accordingly for the magnitude of this hate crime and according to the situation. The Sikh caucus has and will continue to support the Sikh community on a national level. Kent, state of Washington, the incident has happened. Somebody is shot and injured, a Sikh gentleman, 39 years old. And look like it's a hate crime. We are trying to talk to the authorities. We are trying to talk to the victim, but nothing has came of that. We are trying to run another awareness campaign so the people should know who we are, how we look like, and because seeing the environment, community is really concerned. ਐਸਜੀਪੀਸੀ ਵੱਲੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਨਸਲੀ ਹਮਲੇ ਬਾਰੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਜਾਵੇਗੀ। ਐਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੂੰ ਇਸ ਮਾਮਲੇ 'ਚ ਦਖਲ ਦੇਣ ਨੂੰ ਕਿਹਾ ਜਾਵੇਗਾ। ਮੈਂ ਸਮਝਦਾ ਅਜੇ ਤਾਂ ਸ਼੍ਰੋਮਣੀ ਗੁਰਦੁਆਰਾ ਪੰਥਕ ਵਾਲੇ ਸੰਬੰਧ ਆ ਸੀਗਾ, ਇੱਕ ਮਿੰਟ ਜੀ ਕਰ ਸੀਗਾ, ਆਪਣੇ ਪ੍ਰਾਈਮ ਮਿਨਿਸਟਰ ਨੂੰ, ਆਪਣੇ ਫੋਰਨ ਮਿਨਿਸਟਰ ਨੂੰ ਲਿਖਦਾ, ਕੋਈ ਉਹ ਸੋਵਰਨ ਕੰਟਰੀ ਨੇ, ਅਸੀਂ ਸਿੱਧਾ ਦਖਲ ਦੇ ਨਹੀਂ ਸਕਦੇ। ਐਸਜੀਪੀਸੀ ਅੰਡਰ ਦਾ ਪੰਜਾਬ ਸਿੱਖ ਗੁਰਦੁਆਰਾ 125 ਇਟਸ ਪਾਰਟ ਆਫ ਕਾਨਸਟੀਟਿਊਸ਼ਨ ਆਫ ਇੰਡੀਆ, ਅਤੇ ਇਸ ਕਰਕੇ ਸਿੱਧਾ ਡਾਇਰੈਕਟ ਅਸੀਂ ਉਹਨੂੰ ਚੈਨ ਨਹੀਂ ਖੋਲ ਸਕਦੇ, ਲੇਕਿਨ ਅਸੀਂ ਵੀ ਲੂਜ਼ ਨੋ ਟਾਈਮ ਨਾਲ ਦੇ ਨਾਲ ਅਸੀਂ ਇਹਨੂੰ ਟੇਕਅਪ ਕਰਦੇ ਹਾਂ ਔਰ ਡੀਐਸਜੀਐਮਸੀ ਦੇ ਪ੍ਰਧਾਨ ਮਨਜੀਤ ਸਿੰਘ ਚੀਕੇ ਨੇ ਅਮਰੀਕਾ 'ਚ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵਿਦੇਸ਼ਾਂ 'ਚ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਦੇ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ। ਮੈਂ ਸਮਝਤਾ ਹੂੰ ਕਿ ਹੇਟ ਕ੍ਰਾਈਮ ਕੇ ਜੋ ਇੰਸਟੈਂਸਿਸ ਹੈ ਵੋ ਬਹੁਤ ਬੜ ਰਹੇ ਹੈ। ਹਮ ਮੋਦੀ ਗਵਰਨਮੈਂਟ ਸੇ ਔਰ ਸੁਸ਼ਮਾ ਸਵਰਾਜ ਜੀ ਸੇ ਵੀ ਮੁਲਾਕਾਤ ਕਰੇਂਗੇ ਤਾਂ ਕਿ ਇਹ ਜੋ ਬੜਤੇ ਹੋਏ ਹੇਟ ਕ੍ਰਾਈਮ ਕੇ ਇੰਸਟੈਂਸਿਸ ਹੈ ਸਿੱਖੋ ਕੇ ਖਿਲਾਫ, ਇਸਕੇ ਉੱਪਰ ਰੋਕ ਲੱਗਣੀ ਚਾਹੀਏ ਔਰ ਜੋ ਕਲਪਰੇਟਸ ਹੈ ਉਨਕੋ ਪਨਿਸ਼ ਕਰਨਾ ਚਾਹੀਏ, ਉਨਕੇ ਉੱਪਰ ਸਟਰਨ ਐਕਸ਼ਨ ਹੋਣਾ ਚਾਹੀਏ।
11 मार्च ਨੂੰ ਹੋਣ ਵਾਲੀ ਕਾਊਂਟਿੰਗ ਵੇਖਦੇ ਹੋਏ ਚੋਣ ਕਮਿਸ਼ਨ ਦਾ ਚੋਣ ਅਫਸਰਾਂ ਨੂੰ ਹੁਕਮ ਪੁਖਤਾ ਕੀਤੀ ਜਾਵੇ ਸੁਰੱਖਿਆ ਵਿਵਸਥਾ ਹਰ ਤਰ੍ਹਾਂ ਦੇ ਪੈਰਾਮੀਟਰ ਪੂਰੇ ਕਰਨ ਦੇ ਵੀ ਹੁਕਮ ਗਿਆਰਾਂ ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਸਖ਼ਤ ਹੋਇਆ ਪੁਲਿਸ ਪ੍ਰਸ਼ਾਸਨ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ 'ਚ ਪੁਲਿਸ ਨੇ ਨਾਕੇ ਲਾ ਕੇ ਵਾਹਨਾਂ ਦੀ ਕੀਤੀ ਚੈਕਿੰਗ ਬਰਨਾਲਾ ਦੇ ਕਸਬਾ ਭਦੌੜ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਮਗਲਿੰਗ ਕਰਨ ਦੇ ਇਲਜ਼ਾਮ 'ਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕੁਆਲਿਸ ਗੱਡੀ ਨੂੰ ਘੇਰਿਆ ਜਿਸ ਤੋਂ 140 ਡੱਬੇ ਸ਼ਰਾਬ ਬਰਾਮਦ ਕੀਤੀ ਗਈ ਵਾਹਗਾ ਬਾਰਡਰ 'ਤੇ ਲਹਿਰਾਇਆ ਗਿਆ ਲਾਹੌਰ ਤੋਂ ਨਜ਼ਰ ਆਉਣ ਵਾਲਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ 360 ਫੁੱਟ ਉੱਚੇ ਤਿਰੰਗੇ ਦਾ ਵਜ਼ਨ 55 ਟਨ ਪਾਕਿਸਤਾਨ ਨੇ ਜਤਾਇਆ ਤਿਰੰਗੇ 'ਤੇ ਇਤਰਾਜ਼ ਪੋਲ 'ਚ ਕੈਮਰੇ ਫਿੱਟ ਹੋਣ ਦਾ ਜਤਾਇਆ ਖਦਸ਼ਾ ਭਾਰਤ ਨੇ ਕੀਤਾ ਖਾਰਜ ਚੰਡੀਗੜ੍ਹ 'ਚ ਜੈਪਨੀਜ਼ ਗਾਰਡਨ 'ਚ 101 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ ਚੰਡੀਗੜ੍ਹ ਦੀ MP ਕਿਰਨ ਖੇਰ ਮੇਅਰ ਆਇਸ਼ਾ ਜੈਸਵਾਲ ਅਤੇ ਇਲਾਕੇ ਦੇ ਕੌਂਸਲਰ ਵੀ ਰਹੇ ਮੌਜੂਦ आज जो तिरंगा चलाया है उस चढ़ाया उसके बहुत अच्छा जवाब दिया दिनेश मॉडगिल ने ऐसे लोगों को और मेरे को बहुत खुश हूँ बहुत गर्व है कि चंडीगढ़ में सेक्टर में ये झंडा चढ़ा है बहुत सारे एक्स सर्विसमैन रहते हैं सेक्टर में और पूरे शहर में तो बहुत ज़रूरी है हमारे शहर में ये झंडा होना एंड इट्स सो ब्यूटिफुल आई एम सो प्राउड मैं तो ओपन चैलेंज करती हूँ मेरे साथ डिबेट कर लें आकर यूनिवर्सिटी में किसी दिन भी अपनी नेशनलिज्म पे और एंटी नेशनलिज्म पे डिबेट कर लें दुख की बात है इस देश में नेशनलिज्म को मुद्दा बनाया जा रहा है नेशनलिज्म तो हमारा जन सिद्ध अधिकार है SFS ਦੇ ਸੈਮੀਨਾਰ ਵਿਵਾਦ 'ਤੇ ਚੰਡੀਗੜ੍ਹ ਦੀ MP ਕਿਰਨ ਖੇਰ ਦੀ ਸੀਮਾ ਆਜ਼ਾਦ ਨੂੰ ਖੁੱਲ੍ਹੀ ਚੁਣੌਤੀ ਜਦੋਂ ਚਾਹੇ ਨੈਸ਼ਨਲਿਜ਼ਮ ਅਤੇ ਐਂਟੀ ਨੈਸ਼ਨਲਿਜ਼ਮ 'ਤੇ ਕਰ ਲੈਣ ਡਿਬੇਟ ਜੰਮੂ ਕਸ਼ਮੀਰ ਦੇ ਤਰਾਲ ਵਿੱਚ ਦਹਿਸ਼ਤਗਰਦਾਂ ਨਾਲ ਮੁੱਠਭੇੜ ਦੋ ਦਹਿਸ਼ਤਗਰਦ ਢੇਰ ਇੱਕ ਮੇਜਰ ਸਣੇ 3 ਜਵਾਨ ਜ਼ਖਮੀ ਇੱਕ ਜਵਾਨ ਸ਼ਹੀਦ ਹਰਿਆਣਾ 'ਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਹੋਈ ਮਹਿੰਗੀ ਸੂਬੇ ਦੇ ਖਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਨਵੀਂ ਆਬਕਾਰੀ ਨੀਤੀ ਦੇ ਤਹਿਤ ਕੀਤਾ ਐਲਾਨ ਹਰਿਆਣਾ ਦੀਆਂ 185 ਪੰਚਾਇਤਾਂ ਵਿੱਚ ਸ਼ਰਾਬਬੰਦੀ ਹੋਈ ਲਾਗੂ ਸਰਕਾਰ ਨੂੰ ਵਿਦੇਸ਼ੀ ਸ਼ਰਾਬ ਵਿਕਰੀ ਤੋਂ 100 ਕਰੋੜ ਰੁਪਏ ਦੇ ਮਾਲੀਆ ਮਿਲਣ ਦੀ ਉਮੀਦ ਹੈ ਕੈਪਟਨ ਅਭਿਮਨਿਊ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਦੇ ਦੋਵੇਂ ਪਾਸੇ 500 ਮੀਟਰ ਤੱਕ ਦੇ ਦਾਇਰੇ 'ਚ ਸ਼ਰਾਬ ਦੀ ਸੇਲ ਦੀ ਇਜਾਜ਼ਤ ਨਹੀਂ ਹੈ ਸੋਨੀਪਤ 'ਚ ਸਾਹਮਣੇ ਆਇਆ ਸੜਕ ਹਾਦਸੇ ਦਾ ਹੈਰਾਨ ਕਰ ਦੇਣ ਵਾਲਾ ਵੀਡੀਓ ਇੱਕ ਬਾਈਕ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬਿਜਲੀ ਦੇ ਖੰਭੇ ਨਾਲ ਟਕਰਾਉਂਦੀ ਹੋਈ ਪਲਟੀ ਕਾਰ ਕਈ ਗੱਡੀਆਂ ਹੋਈਆਂ ਹਾਦਸਾ ਰਿਓ ਓਲੰਪਿਕ 'ਚ ਬ੍ਰੌਂਜ਼ ਮੈਡਲ ਜਿੱਤਣ ਵਾਲੀ ਰੈਸਲਰ ਸਾਕਸ਼ੀ ਮਲਿਕ ਨੇ ਹਰਿਆਣਾ ਸਰਕਾਰ 'ਤੇ ਲਗਾਇਆ ਵਾਅਦਾ ਖਿਲਾਫੀ ਦਾ ਇਲਜ਼ਾਮ ਟਵੀਟ ਕਰਕੇ ਪੁੱਛਿਆ ਹਰਿਆਣਾ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਦੋਂ ਹੋਵੇਗਾ ਪੂਰਾ ਸਾਕਸ਼ੀ ਨੂੰ ਅਨਿਲ ਵਿਜ ਨੇ ਦਿੱਤਾ ਜਵਾਬ 2.5 ਕਰੋੜ ਦਾ ਚੈੱਕ ਦਿੱਤਾ ਜਾ ਚੁੱਕਾ ਹੈ ਸਾਕਸ਼ੀ ਦੀ ਨੌਕਰੀ ਦੇ ਲਈ ਬਣਾਈ ਗਈ ਹੈ ਯੂਨੀਵਰਸਿਟੀ 'ਚ ਸਪੈਸ਼ਲ ਪੋਸਟ ਪਾਕਿਸਤਾਨ ਦਾ ਜ਼ੁਲਮੋ ਸਤਮ ਚੱਲ ਰਹੇ ਫਤਿਹਾਬਾਦ ਆਏ ਹਿੰਦੂ ਪਰਿਵਾਰ ਦਾ ਛਲਕਿਆ ਦਰਦ ਕਿਹਾ ਜਾਨ ਦੇ ਦੇਵਾਂਗੇ ਪਰ ਵਾਪਸ ਨਹੀਂ ਪਰਤਾਂਗੇ ਹਿਮਾਚਲ ਦੀ ਸਿਆਸਤ ਵਿੱਚ ਤੇਜ਼ ਹੋਈ ਚੋਣ ਟਿਕਟਾਂ ਦੀ ਦਾਅਵੇਦਾਰੀ ਕਾਂਗਰਸ ਨੇ ਨਵੇਂ ਚਿਹਰਿਆਂ ਨੂੰ ਟਿਕਟ ਦੇਣ ਦੇ ਲਈ ਦਿੱਤੇ ਸੰਕੇਤ ਬੀਜੇਪੀ ਨੇ ਕਿਹਾ ਕਈ ਮੌਜੂਦਾ ਵਿਧਾਇਕਾਂ ਦਾ ਕੱਟ ਸਕਦਾ ਪੱਤਾ ਹਿਮਾਚਲ ਦੇ 2017 ਦੇ ਦੰਗਲ 'ਚ ਭ੍ਰਿਸ਼ਟਾਚਾਰ ਅਹਿਮ ਮੁੱਦਾ ਹੋਵੇਗਾ ਡਾਇਰੈਕਟਰ ਦਿਨੇਸ਼ 'ਚ ਬੀਜੇਪੀ ਦੇ ਸੀਨੀਅਰ ਆਗੂ ਸੁਰੇਸ਼ ਭਾਰਦਵਾਜ ਦਾ ਬਿਆਨ ਪੂਰੀ ਗੱਲਬਾਤ ਦੇਖੋ ਅੱਜ ਸ਼ਾਮ 7 ਵਜੇ ਹਿਮਾਚਲ ਪ੍ਰਦੇਸ਼ ਦੇ ਬਜਟ ਇਜਲਾਸ ਤੋਂ ਚੰਬਾ ਵਾਸੀਆਂ ਨੂੰ ਵਿਕਾਸ ਦੀ ਉਮੀਦ 10 ਮਾਰਚ ਨੂੰ ਪੇਸ਼ ਹੋਵੇਗਾ ਮਾਲੀ ਵਰ੍ਹੇ ਦਾ ਬਜਟ
तिब्बती धर्मगुरु दलाई लामा के अरुणाचल दौरे से चीन के विरुद्ध धर्मशाला में रह रहे शरणार्थियों ने जताया इतराज। तिब्बती आगुओं ने कहा धर्मगुरु नाल क्यों डर गया चीन। शिमला वासियों के लिए खुशखबरी, शहर के जल्द शुरू होगी मुफ्त वाईफाई की सहूलत। रिज मैदान, मॉल रोड और लोअर बाजार में दिन में 30 मिनट मुफ्त इंटरनेट सहूलत जल्द शुरू करेगा नगर निगम। जींद के सरकारी हस्पताल की लापरवाही का मामला देखने को मिला। हस्पताल में गर्भवती औरत को बेड मुहैया नहीं करवा सकिया, जिस करके महिला हस्पताल के गेट के बाहर खुले आसमान हेठ ही जमीन पर ही बच्चे को चन देना पड़ा। जींद च एक शराबी ने नशे च हंगामा किया तो लोगों ने शराबी नाल कुटमार की। जदों तक पुलिस मौके पर पहुंची उदों तक शराबी नाल काफ़ी कुटमार हो चुकी। दो जने थे आपस में शराब पी रहे थे, हाथे में बैठ कर उनका झगड़ा हो गया। वो तो एक भाग गया, दूसरे ने हाथ तोड़ फोड़ करी, हाथे में कुर्सियाँ तोड़ दी और इनका काउंटर फेंक दिया। इनके साथ मारपिटाई करी, फिर ठेके पे आके बैनर फाड़ दिए, बाहर देख सकते हो आप। और यहाँ पे बहुत उत्पात मचाया उसने, फिर पब्लिक ने उसको पकड़ के थाने में ले गए। मेडिकल में से वो कह रहे हैं पता नहीं उसका क्या भाग गया, क्या हुआ, क्या पब्लिक ने उसको पिटा है। जम्मू के शोपियां च पुलिस की गड्डी हुई हादसे का शिकार, हादसे च पुलिस अफसर की मौत, कई जख्मी। लुधियाना च साइकिल एक्सपो के तीजे दिन लोगों के डीलर च खासा उत्साह देखने को मिला। इस एक्सपो च विदेशी साइकिल भी रखे गए। भारतीय आई टी कंपनियों के लिए वड्डी राहत, अमेरिका ने साफ किया कि H-1B वीजा से भारत में परेशान होने की जरूरत नहीं। एक जुलाई तो GST लागू होने का रस्ता साफ, सेंट्रल और इंटैग्रेटिड GST के अंतम मसौदे को मंजूरी। भारत ऑस्ट्रेलिया टेस्ट मैच के दूसरे दिन ऑस्ट्रेलिया ने विकटां के नुकसान से बढ़ाईया दौड़ा। पहले दिन भारतीय टीम 199 से हुई ऑल आउट। ऑकलैंड वनडे में न्यूजीलैंड को 6 विकटों से हरा के दक्षिणी अफ्रीका ने 5 मैचों की सीरीज 3-2 के फर्क नाल जीती। दुबई टेनिस चैंपियनशिप डबल्स के फाइनल में पहुंची रोहन बोपन्ना और मार्सिन मातवुकवस्की की जोड़ी। अमेरिका के राष्ट्रपति डोनाल्ड ट्रंप ने एक बार फिर साबका राष्ट्रपति बराक ओबामा से गंभीर इल्जाम लगाए। शनिचरवार को किए गए ट्वीट्स में ट्रंप ने ओबामा से चोण प्रचार के दौरान फोन टैप किए जाने का इल्जाम लगाया। दक्षिणी चीन सागर में अमेरिका और चीन के विचाले रेड़का वधण के आसार नजर आ रहे हैं। सीरिया के इदलिब प्रांत में विद्रोहियों के गढ़ में फौज के हवाई हमलों की वीडियो जारी की गई है। सीरिया के इदलिब प्रांत में तुर्की नाल लगती सरहद के कोल फौज के एक जहाज के क्रैश होने का वीडियो भी सामने आया। इराक के मोसुल में ISIS दहशतगर्दों के खिलाफ जंग तीस हो गई है, जिसकी वजह से ठंड और मीह के बावजूद सैकड़े इराकी नागरिक घर छोड़ने को मजबूर हो रहे हैं। अदाकार सुनील शेट्टी के पिता वीरप्पा शेट्टी के निधन से शोक सभा। अक्षय, अभिषेक बच्चन, मधुर भंडारकर सने कई सितारे हुए शरीक। सरोगेसी की मदद नाल करण जौहर बने जुड़वां बच्चों के पिता। धी का नाम रूही और पुत्र का नाम यश रखे। विद्युत जामवाल की कमांडो 2 ने पहले दिन कमाए 5 करोड़ रुपए। विपुल शाह ने फिल्म के निर्माता।
ਧੀ ਦੇ ਬਾਲੀਵੁੱਡ ਵਿੱਚ ਕੰਮ ਕਰਨ ਦੇ ਖਿਲਾਫ ਸਨ ਸੰਜੇ ਦੱਤ। ਇੱਕ ਇੰਟਰਵਿਊ ਵਿੱਚ ਕਿਹਾ, ਤ੍ਰਿਸ਼ਾਲਾ ਅਦਾਕਾਰ ਬਣਨਾ ਚਾਹੁੰਦੀ ਸੀ ਅਤੇ ਮੈਂ ਉਸ ਦੀਆਂ ਖਿਲਾਫ। ਗੁਰੂਦੱਤ ਦੀ ਫਿਲਮ ਪਿਆਸਾ ਦੇ ਰੀਮੇਕ ਵਿੱਚ ਕੰਮ ਕਰਨਾ ਚਾਹੁੰਦੀ ਹੈ ਕਲਕੀ ਕੋਚਲੀ। ਰੁਕ, ਕੁਛ ਹੋਰ ਖਬਰਾਂ ਦਾ ਕਰਾਂਗੇ ਤੇ ਗੱਲ ਕਰਾਂਗੇ ਮਿਸ਼ਨ ਸਟ੍ਰੇ ਡੌਗਸ ਦੀ। ਅੱਜ ਅਸੀਂ ਤੁਹਾਨੂੰ ਮਿਸ਼ਨ ਸਟ੍ਰੇ ਡੌਗਸ ਦੇ ਤਹਿਤ ਗੁਰੂਗ੍ਰਾਮ ਦੇ ਮਾਨੇਸਰ ਲੈ ਚੱਲਦੇ ਹਾਂ, ਜਿੱਥੇ ਇੱਕ ਛੋਟੀ ਜਿਹੀ ਮਾਸੂਮ ਬੱਚੀ ਕੁੱਤੇ ਦਾ ਸ਼ਿਕਾਰ ਹੋ ਗਈ। 9 ਸਾਲ ਦੀ ਇਹ ਬੱਚੀ ਆਪਣੀ ਦਾਦੀ ਦੇ ਨਾਲ ਖੇਡ ਰਹੀ ਸੀ, ਪਰ ਅਚਾਨਕ ਇੱਕ ਕੁੱਤਾ ਲੋਹੇ ਦੀ ਜਾਲੀ ਟੱਪ ਕੇ ਆਇਆ ਤੇ ਇਸ ਮਾਸੂਮ ਬੱਚੀ ਤੇ ਹਮਲਾ ਕਰ ਦਿੱਤਾ। ਮਾਮਲਾ ਮਾਨੇਸਰ ਦੇ ਬਾਗਨੱਕੀ ਪਿੰਡ ਦਾ ਹੈ। ਕੁੱਤੇ ਦਾ ਹਮਲਾ ਇੰਨਾ ਜ਼ੋਰਦਾਰ ਸੀ ਕਿ ਮਾਸੂਮ ਬੱਚੀ ਦੀਆਂ ਚੀਖਾਂ ਨਿਕਲ ਗਈਆਂ ਤੇ ਅਫੜਾ ਤਫੜੀ ਚ ਬੱਚੀ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਤੋ ਇੱਕਦਮ ਅਚਾਨਕ ਸੇ ਉਤਾਰ ਕੇ ਪਾਸ ਸੇ ਕੁੱਤਾ ਆਇਆ ਔਰ ਉਸਨੇ ਇਸਕੋ ਯਹਾਂ ਸੇ ਪਕੜ ਲਿਆ। ਵਹਾਂ ਪੇ ਜੋ ਮੇਰੇ ਘਰ ਵਾਲੇ ਔਰ ਤੇ ਮੈਂ ਤੋ ਨਹੀਂ ਥਾ, ਘਰ ਵਾਲੇ ਥੇ, ਉਨ੍ਹਾਂਨੇ ਕਰੀਬ 5-7 ਮਿੰਟ ਬਾਅਦ ਉਸਕੋ ਦੇਖਾ, ਬੱਚੇ ਉਬਰੀ ਤਰ੍ਹਾਂ ਜ਼ਖਮੀ ਕਰ ਦਿਆ। ਬੱਚੀ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਸਦੀ ਪਲਾਸਟਿਕ ਸਰਜਰੀ ਕਰਨੀ ਪਈ। ਸਥਿਤੀ ਹਾਂ, ਸਥਿਤੀ ਅਭੀ ਬਿਲਕੁਲ ਕਾਬੂ ਮੇਂ ਹੈ, ਬੱਚੇ ਅੱਛਾ ਪ੍ਰੋਗਰੈਸ ਕਰ ਰਹੀ ਹੈ ਔਰ ਸੈਕਿੰਡ ਸਟੇਜ ਜੋ ਉਨਕੀ ਸਰਜਰੀ ਹੈ ਤਾਂ ਕਿ ਜੋ ਬਚਾ ਹੁਆ ਡਿਫੈਕਟ ਹੈ ਉਸਕੋ ਕਵਰ ਕਰਨੇ ਕਾ ਪਲਾਨ ਹੈ ਜੋ ਅਗਲੇ 2-3 ਦਿਨ ਮੇਂ ਹਮ ਪਲਾਨ ਕਰੇਂਗੇ। ਇਸ ਪੀੜਤ ਬੱਚੀ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਕੁੱਤੇ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਤੇ ਕਾ ਮਾਲਿਕ ਹੈ ਰਾਕੇਸ਼, ਉਸਕੀ ਤਲਾਸ਼ ਕੀ ਜਾ ਰਹੀ ਹੈ, ਉਸਨੇ ਔਰ ਵੀ 4-5 ਕੁੱਤੇ ਪਾਲ ਰੱਖੇ ਹੋਏ ਹਨ। ਬੱਚੀ ਨੂੰ ਜਿਸ ਕੁੱਤੇ ਨੇ ਕੱਟਿਆ ਹੈ ਉਹ ਰਾਟ ਵੈਲਪ ਪ੍ਰਜਾਤੀ ਦਾ ਹੈ। ਰਾਟ ਵੈਲਪ ਪ੍ਰਜਾਤੀ ਦੇ ਕੁੱਤੇ ਸ਼ਕਤੀਸ਼ਾਲੀ ਹੋਣ ਦੇ ਨਾਲ ਨਾਲ ਬਹੁਤ ਹੀ ਜਲਦੀ ਕਿਸੇ ਨੂੰ ਵੱਢਣ ਚ ਮਾਹਿਰ ਹੁੰਦੇ ਨੇ। ਫਿਲਹਾਲ ਕੁੱਤੇ ਦਾ ਮਾਲਕ ਫਰਾਰ ਚੱਲ ਰਿਹਾ ਹੈ, ਪੁਲਿਸ ਮੁਲਜ਼ਮ ਦੀ ਭਾਲ ਚ ਜੁਟੀ ਹੋਈ ਹੈ, ਲੇਕਿਨ ਸਵਾਲ ਇਹ ਹੈ ਕਿ ਇਸ ਬੱਚੀ ਦਾ ਕੀ ਹੋਵੇਗਾ। ਗੁਰੂਗ੍ਰਾਮ ਤੋਂ ਅਲੋਕ ਉਪਾਧਿਆ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਹਿਮਾਚਲ ਪ੍ਰਦੇਸ਼ ਵਿੱਚ ਚੋਣ ਬਿਆਨਬਾਜ਼ੀ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ। ਵਿਰੋਧੀ ਸਰਕਾਰ ਨੂੰ ਬੇਰੁਜ਼ਗਾਰੀ ਭੱਤੇ ਦੇ ਮੁੱਦੇ ਤੇ ਘਿਰ ਰਹੇ ਨੇ ਤਾਂ ਸਰਕਾਰ ਦੇ ਵੱਲੋਂ ਵੀ ਪਲਟਵਾਰ ਹੋ ਰਿਹਾ ਹੈ। इन्होंने जो है शगुफा छोड़ दिया कि हम जो है बेरोजगारी भत्ता देंगे या रोजगार देंगे, तो 4 साल पूरे निकल गए, इनका जो है वो बेरोजगारी भत्ता इन्होंने कहीं दिया नहीं। अब जो है वो अपने नूरा कुश्ती लड़ रहे हैं या इनकी ये मिली जुली जो है वो एक राजनीति है। आज तक उन्होंने बताया जब वो सरकार में थे कि कभी उन्होंने सोचा के बारे में आएंगे, उनके सुझाव की वजह से नहीं कहे गए, जो हमारी अपनी नीति होगी उसके मुताबिक करेंगे। ਅਤੇ ਹੁਣ ਵਾਰੀ ਸਾਡੇ ਦਰਸ਼ਕਾਂ ਤੋਂ ਸਵਾਲ ਦੀ। ਸਾਡਾ ਇਹਦਾ ਸਵਾਲ ਹੈ ਕਿ ਹਿਮਾਚਲ ਦੇ 2017 ਦੇ ਦੰਗਲ 'ਚ ਭ੍ਰਿਸ਼ਟਾਚਾਰ ਅਹਿਮ ਮੁੱਦਾ ਹੋਵੇਗਾ ਕਿ ਬੀਜੇਪੀ ਦੇ ਸੀਨੀਅਰ ਆਗੂ ਸੁਰੇਸ਼ ਭਾਰਦਵਾਜ ਦੇ ਬਿਆਨ ਤੋਂ ਤੁਸੀਂ ਸਹਿਮਤ ਹੋ? ਯੈਸ ਦੇ ਲਈ ਟਾਈਪ ਕਰੋ ZPHS ਸਪੇਸ ਦੇ ਕੇ Y, ਨੋ ਦੇ ਲਈ ਟਾਈਪ ਕਰੋ ZPHS ਸਪੇਸ ਦੇ ਕੇ N ਅਤੇ ਆਪਣੇ ਜਵਾਬ 575755 'ਤੇ SMS ਕਰ ਦਿਓ ਅਤੇ ਇਸ ਸਵਾਲ ਦਾ ਜਵਾਬ ਤੁਸੀਂ ਸ਼ਾਮ 7 ਵਜੇ ਡਾਇਰੈਕਟ ਵਿਦ ਦਿਨੇਸ਼ 'ਚ ਦੇਖ ਸਕਦੇ। ਅਤੇ ਹੁਣ ਤੁਹਾਨੂੰ 8 ਤਸਵੀਰਾਂ ਦਿਖਾਉਂਦੇ ਹਾਂ ਜੋ ਪਾਵਰ ਕਾਰਪੋਰੇਸ਼ਨ ਦੀ ਸਰਗਰਮੀ ਨੂੰ ਬਿਆਨ ਕਰ ਰਹੀਆਂ ਨੇ। ਜੀ ਹਾਂ, ਚੋਣਾਂ ਖਤਮ ਹੁੰਦੇ ਹੀ ਪਾਵਰ ਕਾਰਪੋਰੇਸ਼ਨ ਹਰਕਤ 'ਚ ਆਇਆ ਨਜ਼ਰ ਆ ਰਿਹਾ। ਬਿਜਲੀ ਵਿਭਾਗ ਰੁਕੇ ਹੋਏ ਬਿੱਲ ਵਸੂਲਣ 'ਚ ਲੱਗਾ ਹੋਇਆ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਪਾਵਰ ਕਾਰਪੋਰੇਸ਼ਨ ਵੱਲੋਂ ਕੀਤੀ ਵੱਖ ਵੱਖ ਵਿਭਾਗਾਂ ਦੀ ਕਾਰਵਾਈ ਆਪਣੇ ਦਰਸ਼ਕਾਂ ਸਾਹਮਣੇ ਰੱਖੀ ਹੈ। ਸ਼੍ਰੀ ਆਨੰਦਪੁਰ ਸਾਹਿਬ 'ਚ ਪਾਵਰ ਕਾਰਪੋਰੇਸ਼ਨ ਨੇ ਕਈ ਵਿਭਾਗਾਂ ਦੇ ਕਨੈਕਸ਼ਨ ਕੱਟ ਦਿੱਤੇ। ਉੱਥੇ ਹੀ ਅਬੋਹਰ 'ਚ ਨਗਰ ਕੌਂਸਲ ਨੂੰ ਪਾਵਰ ਕਾਰਪੋਰੇਸ਼ਨ ਵੱਲੋਂ ਝਟਕਾ ਦਿੱਤਾ ਗਿਆ। ਚੰਡੀਗੜ੍ਹ 'ਚ ਵੀ PSPCL ਦੀ ਸਖਤੀ ਦੇਖਣ ਨੂੰ ਮਿਲੀ। ਉੱਥੇ ਹੀ ਬਿੱਲ ਨਾ ਭਰਨ 'ਤੇ ਫਿਰੋਜ਼ਪੁਰ ਦੇ ਕਾਲਜ ਦੀ ਬਿਜਲੀ ਕੱਟ ਦਿੱਤੀ ਗਈ। ਤਰਨ ਤਾਰਨ ਵੀ ਲੋਕ ਬਿਜਲੀ ਕੱਟਾਂ ਤੋਂ ਖਾਸੇ ਪਰੇਸ਼ਾਨ ਨੇ। ਫਿਰੋਜ਼ਪੁਰ 'ਚ SDM ਦੇ ਦਫ਼ਤਰ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਤਾਂ ਬਠਿੰਡਾ 'ਚ ਵੀ ਬਿਜਲੀ ਦਾ ਕਰੋੜਾਂ ਦਾ ਬਿੱਲ ਬਾਕੀ ਹੈ। ਉੱਥੇ ਪੰਜਾਬ ਦੇ ਕਈ ਹੋਰ ਜਿਹੜੇ ਜ਼ਿਲ੍ਹੇ ਨੇ ਉੱਥੇ ਬਿਜਲੀ ਕੱਟੀ ਗਈ ਤਾਂ ਸਾਬਕਾ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ, ਉਹਨਾਂ ਨੇ ਬਿਜਲੀ ਮਹਿਕਮੇ ਨੂੰ ਤਾਕੀਦ ਕੀਤੀ ਹੈ ਕਿ ਉਹ ਨਿਗਮਾਂ ਦੇ ਬਿਜਲੀ ਕਨੈਕਸ਼ਨ ਨਾ ਕੱਟੇ, ਕਿਉਂਕਿ ਇਸ ਦੀ ਵਜ੍ਹਾ ਦੇ ਨਾਲ ਕਈ ਥਾਵਾਂ 'ਤੇ ਜੋ ਪਾਣੀ ਦੀ ਕਿੱਲਤ ਹੈ ਉਸ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।